ਜੋ ਮਨਮੋਹਨ ਸਿੰਘ ਜੀ ਪੋਪਲੀ ਹੈ ਅਤੇ ਸਾਰੇ ਪਰਿਵਾਰ ਨੇ ਆਪਣੇ ਸੁਰਗਵਾਸੀ ਪਿਤਾ ਜੀ ਦੀ ਯਾਦ ਵਿੱਚ ਇਤਨਾ ਸੋਹਣਾ ਇਹ ਉੱਦਮ ਕੀਤਾ ਹੈ ਜਿਹੜਾ ਕੇਵਲ ਅੱਜ ਲਖਨਊ ਉੱਤਰ ਪ੍ਰਦੇਸ਼ ਦਿੱਲੀ ਹਿੰਦੁਸਤਾਨ ਇਹਨਾਂ ਸਥਾਨਾਂ ਤੱਕ ਹੀ ਨਹੀਂ ਆਏ ਦਿਨ ਆਪ ਦੇਖਦੇ ਹੋਵੋਗੇ ਕਿ ਹਿੰਦੁਸਤਾਨ ਦੇ ਅਲੱਗ ਅਲੱਗ ਨਗਰਾਂ ਵਿੱਚ ਅਲੱਗ ਅਲੱਗ ਸ਼ਹਿਰਾਂ ਵਿੱਚ ਇਹ ਪ੍ਰੋਗਰਾਮ ਕਿਸ ਤਰੀਕੇ ਨਾਲ ਰੁਕੇ ਜਾਂਦੇ ਹਨ ਕੀਤੇ ਜਾਂਦੇ ਹਨ ਕਵਰੇਜ ਹੁੰਦਾ ਹੈ ਯੂਟਿਊਬ ਰਾਹੀਂ ਦੇਸ਼ਾਂ ਵਿਦੇਸ਼ਾਂ 'ਚ ਇਸ ਦੀ ਕਵਰੇਜ ਜਿਹੜੀ ਪਹੁੰਚ ਰਹੀ ਹੈ ਉਹਦੀ ਗਿਣਤੀ ਸੁਣ ਕਰਕੇ ਆਪ ਨਾਜਬ ਕਰੋਗੇ ਕਿ ਅੱਜ ਉਹ ਗਿਣਤੀ 11 ਲੱਖ ਹੋ ਗਈ ਹੈ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਵਾਲੇ ਦਿਨ ਮੈਂ ਉਸ ਪੋਪਲੀ ਪਰਿਵਾਰ ਨੂੰ ਪੋਪਲੀ ਲਾਈਵ 13-13 ਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸੱਚਾ ਪਾਤਸ਼ਾਹ ਇਹਨਾਂ ਨੂੰ ਸੇਵਾ ਦਾ ਉੱਦਮ ਬਖਸ਼ੇ ਨਿਰਮਾਣਤਾ ਬਖਸ਼ੇ ਇਸੇ ਤਰੀਕੇ ਨਾਲ ਸਾਧ ਸੰਗਤ ਦੀ ਸੇਵਾ ਕਰਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਹਿੰਦੁਸਤਾਨ ਵਿੱਚ ਰਹਿੰਦੇ ਹੋਏ ਸਾਰੇ ਸਿੱਖ ਭਰਾਵਾਂ ਨੂੰ ਧਰਮਾਂ ਦੇ ਮਨਾਉਣ ਵਾਲਿਆਂ ਨੂੰ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਹਨ ਲਗਾਤਾਰ ਕੀਰਤਨ ਕਥਾ ਧਾਰਮਿਕ ਆਯੋਜਨ ਦਿਖਾਉਂਦੇ ਰਹਿਣ
ਧੰਨ ਧੰਨ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਆਪ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਆਪਾਂ ਬਾਬਾ ਜੀ ਦੇ ਯਾਦ ਵਿੱਚ ਜੁੜ ਬੈਠੇ ਹਾਂ ਔਰ ਸਾਰਿਆਂ ਨੇ ਮਨ ਬਿਰਤੀਆਂ ਦੇ ਨਾਲ ਰਸਨਾ ਦੇ ਨਾਲ ਇਸ ਪਾਵਨ ਬਾਣੀ ਦੇ ਨਾਲ ਜੁੜ ਕਰਕੇ ਜਿੱਥੇ ਆਪਾਂ ਗੁਰੂ ਕੇ ਚਰਨਾਂ ਵਿੱਚ ਆਏ ਹਾਂ ਰਸਨਾ ਦੀ ਹਾਜ਼ਰੀ ਬੜੇ ਪਿਆਰ ਨਾਲ ਨਿਭਾਉਣੀ ਹੈ ਸਾਰੇ ਜਗਤ ਮੇਰੇ ਸਾਹਿਬਾ ਮੇਰੇ
میرے صاحبا کون جانے گن تیری کون جانے کون تیری
جلدي نال پریا ہوئے اتنے
ਔਗਣ ਇਸ ਜੀਵ ਦੀ ਤੇ ਸਤਿਗੁਰੂ ਜੇ ਗਿਣਤੀ ਚ ਪੈ ਜਾਣ ਤੇ ਇਸ ਨੂੰ ਕੋਈ ਬਖਸ਼ਣ ਦੀ ਥਾਂ ਨਹੀਂ ਸਹਿਬ ਕਹਿੰਦੇ ਨੇ ਜੇ ਉਹ ਦਇਆ ਦੇ ਘਰ ਵਿੱਚ ਸਤਿਗੁਰੂ ਆ ਜਾਵੇ ਤੇ ਫਿਰ ਇਸ ਨੂੰ ਬਖਸ਼ਣ ਵੇਲੇ ਕੋਈ ਦੇਰੀ ਨਹੀਂ ਲੱਗਦੀ ਚੇਤਾ ਸਮੁੰਦਰ ਸਾਗਰ ਨੀਲ ਭਰਿਆ Yeah.